Да, брага. ਇਸ ਸਾਈਕਲ ਦਾ ਵਜ਼ਨ ਹੈ 220 ਕਿਲੋ ਅਤੇ ਇਸ ਦੀ ਉਚਾਈ ਹੈ 7.5 ਫੁੱਟ। ਇਹ ਸਾਈਕਲ ਬਿਨਾਂ ਚੇਨ ਦੇ ਚੱਲਦਾ ਹੈ। ਇਸ ਸਾਈਕਲ ਨੂੰ ਡਿਜ਼ਾਈਨ ਕਰਨ ਦੇ ਵਿੱਚ ਕਰੀਬ 1.5 ਸਾਲ ਦਾ ਸਮਾਂ ਲੱਗਿਆ ਹੈ। ਇਹ 3 ਪਹੀਆ ਸਾਈਕਲ 2 ਲੋਕਾਂ ਦੇ ਬੈਠਣ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਸਾਈਕਲ ਨੂੰ ਬਣਾਉਣ ਵਾਲੇ ਚੇਨਈ ਦੇ ਵਿਲੀਵੱਕਮ ਦੇ ਰਹਿਣ ਵਾਲੇ ਰਾਜੇਂਦਰਨ ਦਾ ਕਹਿਣਾ ਹੈ ਕਿ ਇਸ ਨੂੰ ਬਣਾਉਣ ਦੇ ਲਈ ਉਹਨਾਂ ਨੇ 60,000 ਰੁਪਏ ਖਰਚ ਕੀਤੇ ਨੇ। ਮੈਂ ਇੱਕ ਵਰਕਸ਼ਾਪ ਦੇ ਵਿੱਚ ਕੰਮ ਕਰਦਾ। ਮੈਂ ਇਸ ਤਰ੍ਹਾਂ ਦੀਆਂ ਅਜੀਬੋ ਗਰੀਬ ਸਾਈਕਲਾਂ ਨੂੰ ਡਿਜ਼ਾਈਨ ਵੀ ਕਰਦਾ। ਮੈਂ ਹੁਣ ਤੱਕ 3 ਸਾਈਕਲ ਡਿਜ਼ਾਈਨ ਕੀਤੇ ਨੇ। ਤੀਜੇ ਦੀ ਉਚਾਈ 7.5 ਫੁੱਟ ਹੈ। ਇਹ ਤੇਜ਼ ਵੀ ਚੱਲ ਸਕਦਾ। ਰਾਜੇਂਦਰਨ ਪਿਛਲੇ 25 ਸਾਲਾਂ ਤੋਂ ਵੱਖ ਵੱਖ ਆਕਾਰਾਂ ਅਤੇ ਕਿਸਮਾਂ ਦੀਆਂ ਸਾਈਕਲਾਂ ਬਣਾ ਰਹੇ ਨੇ। ਉਹ ਇੱਕ ਵਰਕਸ਼ਾਪ ਦੇ ਵਿੱਚ ਕੰਮ ਕਰਦੇ ਨੇ। ਇਸ ਤੋਂ ਇਲਾਵਾ ਉਹ ਧਾਤੂਆਂ ਦੇ ਕਬਾੜ ਯਾਨੀ ਕਿ ਮੈਟਲ ਸਕ੍ਰੈਪ ਨੂੰ ਇਕੱਠਾ ਕਰਦੇ ਨੇ, ਜਿਸ ਦੀ ਵਰਤੋਂ ਕਰਕੇ ਉਹ ਇਹਨਾਂ ਸਾਈਕਲਾਂ ਨੂੰ ਡਿਜ਼ਾਈਨ ਕਰਦੇ ਨੇ। ਹੁਣ ਤੱਕ ਉਹ 3 ਵੱਖ-ਵੱਖ ਸਾਈਕਲਾਂ ਨੂੰ ਡਿਜ਼ਾਈਨ ਕਰ ਚੁੱਕੇ ਨੇ। ਵਰਤਮਾਨ ਦੇ ਵਿੱਚ ਉਹ 4th ਸਾਈਕਲ 'ਤੇ ਕੰਮ ਕਰ ਰਹੇ ਨੇ, ਜਿਸ ਦੇ ਵਿੱਚ ਵੱਡੇ ਚੱਕੇ ਦੇ ਵਿਚਾਲੇ ਸੀਟ ਹੋਵੇਗੀ। ਰਾਜੇਂਦਰਨ ਨੂੰ 1985 ਤੋਂ ਹੀ ਸਾਈਕਲਾਂ ਦੇ ਵਿੱਚ ਦਿਲਚਸਪੀ ਹੈ। ਬਚਪਨ 'ਚ ਜੋ ਸਾਈਕਲ ਸਾਨੂੰ ਸਾਡੇ ਪਿਤਾ ਜੀ ਨੇ ਲੈ ਕੇ ਦਿੱਤੀ ਸੀ, ਉਹ ਸਾਈਕਲ ਨੂੰ ਕਦੇ ਤੋੜਦਾ ਅਤੇ ਫਿਰ ਦੁਬਾਰਾ ਜੋੜ ਲੈਂਦਾ ਸੀ। ਉਦੋਂ ਸਾਨੂੰ ਸਾਈਕਲਾਂ ਵਿੱਚ ਉਸੇ ਦਿਲਚਸਪੀ ਦਾ ਅਹਿਸਾਸ ਹੋ ਗਿਆ। ਇਹ ਵੱਡੇ ਚੱਕੇ ਇੱਕ ਸਧਾਰਨ ਵਿਧੀ ਦੀ ਵਰਤੋਂ ਕਰਦੇ ਹੋਏ ਕੰਮ ਕਰਦੇ ਨੇ, ਜੋ ਉਸਨੇ ਖੁਦ ਹੀ ਤਿਆਰ ਕੀਤੇ ਨੇ। ਲੋਕ ਹੈਰਾਨ ਨੇ ਕਿ ਇਹ ਸਾਈਕਲ ਕਿਵੇਂ ਕੰਮ ਕਰਦਾ ਹੈ। ਉਹ ਮੰਨਦੇ ਨੇ ਕਿ ਹੁਣ ਤੱਕ ਡਿਜ਼ਾਈਨ ਕੀਤੀਆਂ ਗਈਆਂ ਉਹਨਾਂ ਦੀਆਂ ਸਾਈਕਲਾਂ ਕਾਫੀ ਭਾਰੀਆਂ ਨੇ, ਪਰ ਹੁਣ ਉਹ ਡਿਜ਼ਾਈਨ ਕਰ ਰਹੇ ਸਾਈਕਲ ਦੇ ਭਾਰ ਨੂੰ ਘਟਾਉਣ ਦੇ ਲਈ ਸਟੇਨਲੈਸ ਸਟੀਲ ਦੀ ਵਰਤੋਂ ਕਰ ਰਹੇ ਨੇ। ਅਗਲਾ ਸਾਈਕਲ ਜੋ ਮੈਂ ਡਿਜ਼ਾਈਨ ਕਰ ਰਿਹਾ, ਉਸ ਵਿੱਚ ਪਹੀਏ ਦੇ ਵਿਚਾਲੇ ਸੀਟ ਹੋਵੇਗੀ। ਇਹ 25 ਕਿਲੋਮੀਟਰ ਪ੍ਰਤੀ ਘੰਟੇ ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਚੱਲ ਸਕਦਾ ਹੈ। ਰਾਜੇਂਦਰਨ ਇਹਨਾਂ ਵਿਲੱਖਣ ਸਾਈਕਲਾਂ ਨੂੰ ਕਿਰਾਏ 'ਤੇ ਦਿੰਦੇ ਨੇ, ਜੋ ਕਿ ਉਹਨਾਂ ਨੇ ਫੋਟੋਸ਼ੂਟ ਜਾਂ ਫਿਰ ਵਿਆਹਾਂ ਦੇ ਲਈ ਡਿਜ਼ਾਈਨ ਕੀਤੀਆਂ ਸਨ। ਉਹ ਦੱਸਦੇ ਨੇ ਕਿ ਆਪਣੀ ਕਾਰਡ ਨੂੰ ਲੋਕਾਂ ਦੇ ਨਾਲ ਜਾਣੂ ਕਰਵਾਉਣ ਦੇ ਲਈ ਚੇਨਈ ਦੇ ਵਿਲੀਵੱਕਮ ਤੋਂ ਪਟਿਨਪੱਕਮ ਤੱਕ ਸੜਕ 'ਤੇ ਵੱਡੇ ਸਾਈਕਲ ਦੀ ਸਵਾਰੀ ਕਰਦੇ ਨੇ।